ਤੇ ਬਾਕੀ ਯਾਰ ਆ ਤਾਂ ਜਮਾ ਹੀ ਚੀ ਉਹ ਬੋਲੇ ਰਾਤ ਇਹ ਸਿਰਾ ਆ ਗਿਆ ਲੇਦਾ। ਇਸ ਕਿਲੇ ਦਾ ਨਿਰਮਾਣ ਕਟੋਚ ਵੰਸ਼ ਨੇ ਕਰਵਾਇਆ ਸੀਗਾ 1905 ਦੇ ਹਿਸਾਬ ਨਾਲ। ਕਾਂਗੜੇ ਦਾ ਕਿਲਾ ਹਿਮਾਚਲ ਦਾ ਸਭ ਤੋਂ ਪੁਰਾਣਾ ਕਿਲਾ ਵਾ ਤੇ ਭਾਰਤ ਦੇ ਪੁਰਾਣੇ ਕਿਲਿਆਂ ਦੇ ਵਿੱਚੋਂ ਇੱਕ ਆ। ਤੇ ਉਦੋਂ ਫਿਰ ਇਹ ਕਿਲਾ ਵੀ ਤਬਾਹ ਹੋ ਗਿਆ। ਦੇਖੋ ਯਾਰ ਕਿਆ ਕਲਾ ਕਿਰਤੀ ਕੀਤੀ ਹੋਈ ਆ। ਓ ਭਾਈ ਸਾਹਿਬ ਕਿੰਨੀਆਂ ਕੰਧਾਂ ਰਹਿ ਗਈਆਂ ਬਸ ਮੰਦਿਰ ਦੀਆਂ। ਕਿੰਨਾ ਭਵੇ ਮੰਦਿਰ ਹੋਊਗਾ ਯਾਰ ਇਹ। ਉਹ ਧਿਆਨ ਰੱਖਣਾ ਉਹਦੇ ਬੱਚਿਆਂ ਨੂੰ ਧਿਆਨ ਨਾਲ ਰੱਖਣਾ। ਮਹਾਰਾਜਾ ਰਣਜੀਤ ਸਿੰਘ ਜੀ ਦੀ ਮ੍ਰਿਤਯੂ ਹੋ ਜਾਂਦੀ ਆ ਸੀਗਾ। ਦੋ ਮੰਦਿਰ ਸੀਗੇ ਬਹੁਤ ਹੀ ਖੂਬਸੂਰਤ। ਆਹ ਫੋਟੋ ਆ ਇਹਨਾਂ ਮੰਦਿਰਾਂ ਦੀ। ਅੱਛਾ ਤੇ ਨਾਲ ਦਾ ਵੀ ਮੰਦਿਰ ਹੀ ਆ। ਕਿਤਨਾ ਪੁਰਾਣਾ ਹੈ ਜੇ ਕਿਲਾ? ਜੇ ਹੈ ਸਰ ਮਹਾਭਾਰਤ ਕੇ ਟਾਈਮ ਕਾ ਹੈ। ਕਰਜੇ ਬਣੇ ਪਏ ਆ। ਕਿਆ ਬਾਤ, ਉੱਪਰ ਸਪੈਲਿੰਗ ਹੈ SHRISTTI। ਤੁਸੀਂ ਆ ਦੇਖੋਗੇ ਉੱਪਰ ਕਲਾ ਕਿਰਤੀ ਮੂਰਤੀਆਂ ਸੰਭਾਲ ਕੇ ਰੱਖੀਆਂ ਹੋਈਆਂ ਜਿਹੜੀਆਂ ਕਿ ਕਮਾਲ ਦੀਆਂ। ਬਾਕੀ ਆਪਕੀ ਮੂਸ਼ੋ ਕਾ ਸਟਾਈਲ ਅੰਦਰ ਵੀਡੀਓ ਅਲਾਊਡ ਨਹੀਂ ਹੈਗੀ। ਦੋਸਤੋ ਇਸ ਕਿਲੇ ਦਾ ਇਹ ਦੂਸਰਾ ਐਪੀਸੋਡ ਆ। ਜੇਕਰ ਕਿਸੇ ਨੇ ਪਹਿਲਾ ਐਪੀਸੋਡ ਅਜੇ ਤੱਕ ਨਹੀਂ ਦੇਖਿਆ ਤਾਂ ਉਹ ਚੈਨਲ 'ਤੇ ਜਾ ਕੇ ਦੇਖ ਲਿਓ, ਦੇਖਣ ਵਾਲਾ। ਅਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਪਹਿਲੇ ਐਪੀਸੋਡ ਦਾ ਲਿੰਕ ਪਾ ਦੂੰਗਾ। ਆਓ ਵੀਡੀਓ ਸ਼ੁਰੂ ਕਰਦੇ ਹਾਂ। ਇੱਕ ਗੇਟ ਆਲਾ ਬਣਾਇਆ ਗਿਆ ਵਾ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਬਹੁਤ ਛੋਟਾ ਜਿਹਾ ਗੇਟ ਆ, ਉਸ ਦੇ ਅੱਗੇ ਇੱਕ ਹੋਰ ਗੇਟ ਆ ਲੰਘਣ ਲਈ। ਅਤੇ ਯਾਰ ਕਿਆ ਹੀ ਮੈਂ ਕਹਿੰਦਾ, ਸ਼ਾਮ ਨੂੰ 5-6 ਵਜੇ ਇਸ ਪੌੜੀਆਂ 'ਤੇ ਜੇ ਚੜ੍ਹਨਾ ਹੋਵੇ ਤਾਂ ਦਿਲ ਵਾਲਾ ਬੰਦੇ ਚੜ੍ਹਨਾ ਚੜੂਗਾ, ਕਿਉਂਕਿ ਯਕੀਨ ਮੰਨਿਓ ਇੱਕ ਅਲੱਗ ਹੀ ਸੰਨਾਟਾ ਫੀਲ ਕਰ ਸਕਦੇ ਹਾਂ ਇਸ ਜਗ੍ਹਾ 'ਤੇ। ਅਤੇ ਬਾਕੀ ਹੁਣ ਤਾਂ ਚਲੋ ਦੁਪਹਿਰ ਦਾ ਟਾਈਮ ਹੈ, 1-2 ਵਜੇ ਦਾ ਰੌਣਕ ਮੇਲਾ ਲੱਗਿਆ ਹੋਇਆ ਵਾ, ਹੈ ਨਾ, ਕੋਈ ਨਾ ਕੋਈ ਆਈ ਜਾਂਦਾ ਜਾਈ ਜਾਂਦਾ। ਪਰ ਸ਼ਾਮ ਨੂੰ ਮੈਂ ਕਹਿੰਦਾ ਹੌਸਲਾ ਚਾਹੀਦਾ ਜਿਹੜਾ ਹੈਗਾ ਇੱਥੋਂ ਦੀ ਲੰਘਣ ਕਰਨ ਲਈ। ਆਜੋ ਚੱਲਦੇ ਹਾਂ ਹੁਣ ਉੱਤੇ, ਜਮਾਂ ਹੁਣ ਕੋਈ ਨਹੀਂ ਹੈਗਾ ਗਾ। ਅਤੇ ਉਹ ਅਲੱਗ ਜੀ ਫੀਲਿੰਗ ਆ, ਕਹਿਣ ਦਾ ਮਤਲਬ ਤੁਸੀਂ ਹੱਸਿਓ ਨਾ ਯਾਰ, ਅਲੱਗ ਜਿਹਾ ਹੀ ਅਹਿਸਾਸ ਆ ਚੜ੍ਹਨ ਦਾ। ਅੱਛਾ ਇੱਧਰੋਂ ਦੇਖ ਲਈਏ ਪਹਿਲਾਂ ਕੀ ਹੈ ਇੱਧਰ। ਉਹ ਭਾਈ ਕਿਸੇ ਟਾਈਮ ਇੱਥੇ ਕੁਛ ਨਾ ਕੁਛ ਬਣਿਆ ਹੋਇਆ ਹੋਊਗਾ, ਜੇ ਧਿਆਨ ਨਾਲ ਤੁਸੀਂ ਦੇਖੋ। ਤਾਂ ਸਾਰੇ ਪਾਸੇ ਅਤੇ ਬਾਕੀ ਇੱਕ ਤੁਹਾਨੂੰ ਹੋਰ ਚੀਜ਼ ਦੱਸੂੰਗਾ ਇਹਦੇ ਵਿੱਚ ਮੈਂ ਮੇਨ। ਇੱਥੇ ਵੀ ਕੋਈ ਨਾ ਕੋਈ ਚੀਜ਼ ਰਹੀ ਹੋਊਗੀ। ਬਾਕੀ ਜਿਵੇਂ ਤੁਸੀਂ ਹੁਣ ਦੇਖਿਆ ਹੀ ਆ ਕਿ ਮੈਂ ਵੀਡੀਓ ਬਣਾਉਣ ਗਿਆ ਸੀ, ਮਗਰ ਉਹ ਥੋੜ੍ਹੀ ਜਗ੍ਹਾ ਦੇ ਵਿੱਚ ਅਸੀਂ ਨਿਕਲ ਕੇ ਇੱਕ
ਜੋੜਾ ਖੜਾ ਹੋਇਆ ਸੀਗਾ ਤੇ ਉਹ ਵੀ ਇੱਥੇ ਆਉਂਦੇ ਘੁੰਮਣ ਲਈ ਤੇ ਕੋਈ ਨਾ ਕੋਈ ਕੋਨਾ ਦੇਖ ਕੇ ਫੜ ਕੇ ਬਹਿ ਜਾਂਦੇ ਆ। ਆਪਾਂ ਆ ਗਏ ਆ ਇੱਥੋਂ ਦੀ ਉੱਪਰ। ਓ ਭਾਈ ਆ ਮੁੰਡਾ ਕਿੰਨਾ ਰਿਸਕ ਲੈ ਰਿਹਾ ਵਾ, ਇਹ ਕਿਸੇ ਟਾਈਮ ਵੀ ਡਿੱਗ ਸਕਦਾ ਵਾ, ਜਮਾਂ ਖੰਡਰ ਹੋਇਆ ਹੋਇਆ ਵਾ। ਮਗਰ ਛਾਲ ਮਾਰ ਕੇ ਉੱਤੇ ਬਹਿ ਗਿਆ ਚੜ ਕੇ, ਪਤਾ ਨਹੀਂ ਕੌਣ ਆ ਕੌਣ ਨਹੀਂ। ਅਤੇ ਬਾਕੀ ਯਾਰ ਆਹ ਤਾਂ ਜਮਾਂ ਹੀ ਚੀਜ਼ ਖੰਡਰ ਹੋਈ ਪਈ ਆ ਯਾਰ, ਬਿਲਕੁਲ ਖੰਡਰ ਆ ਜਮਾਂ ਹੀ, ਕੁਝ ਵੀ ਨਹੀਂ ਹੈਗਾ ਉੱਤੇ, ਬਸ ਕੰਧਾਂ ਦੀ ਵਾਰਾਂ ਹੀ ਬਚੀਆਂ ਹੋਈਆਂ। ਭਾਈ ਸਾਹਿਬ ਕੰਧ ਤਾਂ ਬਹੁਤ ਚੜੀ ਆ ਪਰ ਹੈਗਾ ਕੁਛ ਨਹੀਂ ਇਸ ਤੋਂ ਅੱਗੇ। ਤੇ ਦੇਖੋ ਕਿੰਨੀਆਂ ਚੌੜੀਆਂ ਚੌੜੀਆਂ ਦੀਵਾਰਾਂ। ਤੇ ਆ ਜਾਓ ਇੱਧਰ ਤੁਸੀਂ ਚੱਲ ਵੜਦੇ ਹਾਂ। ਉਹ ਪਤੰਦਰ ਹਜੇ ਵੀ ਚੜਿਆ ਬੈਠਾ। ਬਸ ਯਾਰ ਖੰਡਰ ਆ, ਜਿਵੇਂ ਇਸ ਤੋਂ ਜ਼ਿਆਦਾ ਅੱਗੇ ਹੋਇਆ ਤਾਂ ਨੀਚੇ ਬਹੁਤ ਡੂੰਘੀ ਖਾਈ ਆ, ਸਿੱਧਾ ਥੱਲੇ ਜਾਊਂਗਾ। ਇਸ ਟਾਈਮ ਆਪਾਂ ਜਮਾਂ ਸਿਰੇ 'ਤੇ ਆ ਗਏ, ਨਹੀਂ ਸਿਰੇ 'ਤੇ ਨਹੀਂ, ਥੋੜ੍ਹਾ ਜਿਹਾ ਸਟੈਪ ਫਿਊ ਸਟੈਪਸ ਬਾਕੀ ਆ ਕਿਲੇ ਦੇ ਬਿਲਕੁਲ ਸਿਰੇ 'ਤੇ ਪਹੁੰਚਣ ਲਈ। ਓ ਭੋਲੇਨਾਥ, ਜੈ ਭੋਲੇਨਾਥ। ਅਤੇ ਇਹ ਸਿਰਾ ਆ ਗਿਆ ਕਿਲੇ ਦਾ, ਅਤੇ ਆ ਕੰਧਾਂ ਕੁੰਧਾਂ ਦੀ ਜਗ੍ਹਾ 'ਤੇ ਢਹਿ ਗਈਆਂ ਹੋਣੀਆਂ ਅਤੇ ਰੇਲਿੰਗ ਲਾਈ ਹੋਈ ਆ ਲੋਹੇ ਦੀ। ਬਾਕੀ ਵਿਊ ਪੁਆਇੰਟ ਆ ਸੋਹਣਾ ਜਿਹਾ ਇੱਕ, ਜੇ ਰੀਲਾਂ ਬਣ ਰਹੀਆਂ ਰੀਲਾਂ। ਆ ਮੇਜ਼ 'ਤੇ ਬਹਿ ਗਏ ਹਾਂ, ਇੱਥੋਂ ਆਹ ਵਿਊ ਪੁਆਇੰਟ ਦਿਖਦਾ ਜਿਵੇਂ ਸ਼੍ਰੀਲੰਕਾ ਦੇ ਵਿੱਚ ਰਾਵਣ ਦਾ ਕਿਲਾ, ਰਾਵਣ ਦਾ ਮਹਿਲ, ਉੱਥੋਂ ਵੀ ਇੱਕ ਵਿਊ ਪੁਆਇੰਟ ਇੱਦਾਂ ਦਾ ਦਿਖਾਈ ਦਿੰਦਾ। ਦੋਸਤੋ ਇਸ ਕਿਲੇ ਦਾ ਨਿਰਮਾਣ ਕਟੋਚ ਵੰਸ਼ ਨੇ ਕਰਵਾਇਆ ਸੀਗਾ, ਉਹ ਇੱਕ ਰਾਜਪੂਤ ਪਰਿਵਾਰ ਸੀਗਾ ਅਤੇ ਉਹਨਾਂ ਨੇ ਇਸ ਕਿਲੇ 'ਤੇ ਰਾਜ ਕੀਤਾ। ਮਗਰ ਮੁਗਲ ਰਾਜ ਜਦੋਂ ਆਇਆ ਤਾਂ ਮੁਗਲਾਂ ਨੇ ਇਸ ਕਿਲੇ ਨੂੰ ਜਿੱਤ ਲਿਆ ਸੀਗਾ। ਉਸ ਤੋਂ ਬਾਅਦ 10 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਸੰਸਾਰ ਚੰਦਰ ਜੀ ਨੂੰ ਗੱਦੀ ਮਿਲ ਗਈ ਸੀਗੀ। ਬਾਅਦ 'ਚ ਉਹਨਾਂ ਨੇ 20 ਸਾਲ ਦੀ ਉਮਰ ਦੇ ਵਿੱਚ ਇਸ ਕਿਲੇ ਨੂੰ ਦੁਬਾਰਾ ਮੁਗਲਾਂ ਤੋਂ ਜਿੱਤ ਲਿਆ ਸੀਗਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਦੁਬਾਰਾ ਉਹੀ ਸਮਾਂ ਬਤੀਤ ਕੀਤਾ ਆਪਣੇ ਵੰਸ਼ ਦੇ ਨਾਲ। ਅਤੇ ਅੱਜ ਵੀ ਬੋਰਡ ਦੇ ਉੱਤੇ ਲਿਖਿਆ ਵਾ ਜਦੋਂ ਮਹਾਰਾਜਾ ਸੰਸਾਰ ਚੰਦਰ ਜੀ ਦਾ ਰਾਜ ਸੀਗਾ, ਜਿਨ੍ਹਾਂ ਨੂੰ ਪਿਆਰ ਨਾਲ ਪ੍ਰਜਾ ਪਹਾੜੀ ਰਾਜਾ ਬੋਲਦੀ ਸੀਗੀ, ਉਹ ਜਿਹੜਾ ਕਾਂਗੜੇ ਦਾ ਗੋਲਡਨ ਸਮਾਂ ਸੀਗਾ। ਅਤੇ ਉਸ ਤੋਂ ਬਾਅਦ 1824 ਦੇ ਵਿੱਚ ਮਹਾਰਾਜਾ ਸੰਸਾਰ ਚੰਦਰ ਜੀ ਦੀ ਮ੍ਰਿਤਿਊ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਇਸ ਕਿਲੇ ਨੂੰ ਮਹਾਰਾਜਾ ਰਣਜੀਤ ਸਿੰਘ
ਜਿੱਤ ਲੈਂਦੇ ਆ ਤੇ ਉਹ ਰਾਜ ਕਰਦੇ ਆ ਤੇ ਬਾਅਦ ਦੇ ਵਿੱਚ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮ੍ਰਿਤਿਊ ਹੋ ਜਾਂਦੀ ਆ। ਜਿੰਨੀ ਦੇਰ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਰਹੇ ਇਸ ਕਿਲੇ ਨੂੰ ਹੋਰ ਕੋਈ ਨਹੀਂ ਜਿੱਤ ਸਕਿਆ। ਮਗਰ ਉਹਨਾਂ ਦੀ ਮ੍ਰਿਤਿਊ ਤੋਂ ਤਕਰੀਬਨ ਜੇ ਆਪਾਂ ਲਾਈਏ 7 ਸਾਲ ਬਾਅਦ ਅੰਗਰੇਜ਼ਾਂ ਨੇ ਇਸ ਕਿਲੇ 'ਤੇ ਹਮਲਾ ਕੀਤਾ ਅਤੇ ਇਸ ਕਿਲੇ ਨੂੰ ਜਿੱਤ ਲਿਆ ਸੀ ਅੰਗਰੇਜ਼ਾਂ ਨੇ। ਅਤੇ ਬਾਅਦ ਦੇ ਵਿੱਚ 1905 ਦੇ ਵਿੱਚ ਆਏ ਬਹੁਤ ਹੀ ਭਿਆਨਕ ਤੂਫਾਨ ਵਿੱਚ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦਾ ਬਹੁਤ ਨੁਕਸਾਨ ਹੋਇਆ ਸੀ। ਮਗਲੋੜਗੰਜ ਧਰਮਸ਼ਾਲਾ ਤੱਕ ਜਿਹੜੇ ਸ਼ਹਿਰ ਪੂਰੇ ਤਬਾਹ ਹੋ ਗਏ ਸੀਗੇ, ਖਤਮ ਹੋ ਗਏ ਸੀਗੇ। ਤਕਰੀਬਨ 1 ਲੱਖ ਘਰ ਢਹਿ ਗਏ ਸੀਗੇ, 20,000 ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀ, 53,000 ਪਸ਼ੂ ਮਾਰੇ ਗਏ ਸੀ। ਅਤੇ ਜੇ ਮੈਂ ਤੁਹਾਨੂੰ ਨੁਕਸਾਨ ਦਾ ਜਾਇਜ਼ਾ ਦੇਵਾਂ ਤਾਂ 1905 ਦੇ ਹਿਸਾਬ ਨਾਲ ਤਕਰੀਬਨ $3 million ਦਾ ਨੁਕਸਾਨ ਹੋਇਆ ਸੀਗਾ। ਤੁਸੀਂ ਦੇਖ ਲਓ 1905 ਦਾ $3 million ਅੱਜ ਕਿੰਨਾ ਬਣੂਗਾ। ਅਤੇ ਇਹ ਜਿਹੜਾ ਤੂਫਾਨ ਦੀ ਤੀਬਰਤਾ ਸੀਗੀ ਇਹ 7.8 ਉਦੋਂ ਨਾਪੀ ਗਈ ਸੀਗੀ। ਅਤੇ ਉਦੋਂ ਫਿਰ ਇਹ ਕਿਲ੍ਹਾ ਵੀ ਤਬਾਹ ਹੋ ਗਿਆ ਸੀ, ਨਸ਼ਟ ਹੋ ਗਿਆ ਸੀ, ਢਹਿ ਗਿਆ ਸੀ। ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਕਿਲ੍ਹੇ ਨੂੰ ਛੱਡ ਦਿੱਤਾ ਸੀਗਾ। ਇਹ ਸੀ ਕਹਾਣੀ ਇਸ ਕਿਲ੍ਹੇ ਦੀ, ਇੰਨੀ ਕੁ ਸ਼ਾਰਟ ਦੇ ਵਿੱਚ ਤੁਹਾਨੂੰ ਦੱਸੀ ਮੈਂ। ਔਰ ਕਿਆ ਭਾਈ ਵਿਊ ਆ ਰਿਹਾ ਇਸ ਆਸਮ ਯਾਰ। ਪਰਲੇ ਪਾਸੇ ਵੀ ਹੈਗਾ ਕੁਛ, ਦੇਖਦੇ ਹਾਂ ਕੌਣ ਕੀ ਆ। ਬਾਕੀ ਆ ਪਹਾੜਾਂ ਦੀ ਤਾਂ ਆਪਾਂ ਬਣਾ ਹੀ ਲਈ ਆ ਵੀਡੀਓ। ਇੱਥੇ ਵੀ ਕੁਛ ਬਣਿਆ ਹੋਇਆ ਵਾ। ਢਹਿ ਗਿਆ ਇਹ ਵੀ, ਕੀ ਸੀ ਕੀ ਨਹੀਂ। ਦੋਸਤੋ ਤੁਸੀਂ ਜਦੋਂ ਵੀ ਕਾਂਗੜੇ ਆਏ ਕਾਂਗੜੇ ਦਾ ਕਿਲ੍ਹਾ ਅਤੇ ਮਿਊਜ਼ੀਅਮ ਦੇਖਣਾ ਨਾ ਭੁੱਲਿਓ। ਇਸ ਕਿਲ੍ਹੇ ਤੋਂ ਸਿਰਫ 200 ਮੀਟਰ ਦੀ ਦੂਰੀ 'ਤੇ ਮਹਾਰਾਜਾ ਸੰਸਾਰ ਚੰਦਰ ਮਿਊਜ਼ੀਅਮ ਬਣਿਆ ਹੋਇਆ ਵਾ, ਜੋ ਕਿ ਦੇਖਣ ਵਾਲਾ ਵਾ। ਉਹਦੇ ਵਿੱਚ ਬਹੁਤ ਹੀ ਕੀਮਤੀ ਅਤੇ ਬਹੁਤ ਹੀ ਪੁਰਾਣੀਆਂ ਚੀਜ਼ਾਂ ਉਸ ਸਮੇਂ ਦੀਆਂ ਰੱਖੀਆਂ ਗਈਆਂ ਵਾ ਜਿਹੜੀਆਂ ਕਿ ਦੇਖਣ ਵਾਲੀਆਂ ਵਾ। ਆਹ ਕਿਲ੍ਹੇ ਦੇ ਵਿੱਚ ਇੱਕ ਵਿਊ ਪੁਆਇੰਟ ਬਣਿਆ ਹੋਇਆ ਵਾ, ਮੇਜ਼ ਲੱਗੇ ਹੋਏ ਆ, ਲੋਕ ਜਿਹੜੇ ਦੇਖਣ ਆਉਂਦੇ ਆ ਇੱਥੇ ਬਹਿ ਕੇ ਆਸਾ ਪਾਸਾ ਨਿਹਾਰਦੇ ਆ, ਕੁਝ ਸਮਾਂ ਬਤੀਤ ਕਰਦੇ ਆ ਅਤੇ ਪੁਰਾਣੇ ਸਮੇਂ ਨੂੰ ਯਾਦ ਕਰਕੇ ਇੱਥੋਂ ਜਾਂਦੇ ਆ। ਮੈਨੂੰ ਪਤਾ ਵਾ ਵੀਡੀਓ ਲੰਬੀ ਹੋ ਗਈ ਆ, ਮਗਰ ਸਾਰੀ ਵੀਡੀਓ ਦੇਖਣ ਵਾਲੀ ਆ, ਸਾਰਾ ਕੁਝ ਸ਼ੂਟ ਕਰਨ ਵਾਲਾ ਸੀਗਾ, ਵੀਡੀਓ ਬਣਾਉਣ ਵਾਲੀ ਸੀ, ਅਤੇ ਇਸ ਕਰਕੇ ਮੈਂ ਸਾਰੀ ਹੀ ਪਾ ਰਿਹਾ ਵਾਂ ਕਟਿੰਗ ਕੀਤੇ ਬਗੈਰ। ਬਹੁਤ ਦੂਰ ਬਹੁਤ ਉੱਚੀ ਖੜੇ ਹੋਏ ਆਪਾਂ। ਦੋਸਤੋ ਹੁਣ ਸਭ ਤੋਂ ਜ਼ਰੂਰੀ ਗੱਲ ਦੱਸਣ ਲੱਗਿਆ ਵਾਂ, ਹੁਣ ਇਸ ਟਾਈਮ ਸਮਾਂ 4 ਤੋਂ 5 ਵਜੇ ਦਾ ਹੋ ਗਿਆ ਸ਼ਾਮ ਦਾ, ਤਾਂ ਇੱਕਦਮ ਥੱਲੋਂ ਜੰਗਲ ਦੇ ਵਿੱਚੋਂ 60-70 ਬਾਂਦਰਾਂ ਦਾ ਜਿਹੜਾ ਝੁੰਡ ਜਿਹੜਾ ਸਿੱਧਾ ਕਿਲ੍ਹੇ ਦੇ ਵਿੱਚ ਆ ਗਿਆ, ਅਤੇ ਉਹ ਬੱਚਿਆਂ ਦੇ ਮਗਰ ਪੈ ਰਹੇ ਸੀ, ਇੱਕ ਜਵਾਨ ਕੁੜੀ ਦੇ ਮਗਰ 10-15 ਬਾਂਦਰ ਪੈ ਗਏ। ਉਹ ਮੈਂ ਕਹਿੰਦਾ ਇੰਨਾ ਡਰ ਗਈ ਸੀ, ਮੈਂ ਕੀ ਦੱਸਾਂ ਤੁਹਾਨੂੰ। ਅਤੇ ਤੁਸੀਂ ਕਿਲ੍ਹੇ ਦੇ ਵਿੱਚ ਜਦੋਂ ਆਉਣਾ ਵਾ ਬਾਂਦਰਾਂ ਦਾ ਖਾਸ ਕਰਕੇ ਸ਼ਾਮ ਨੂੰ ਬਹੁਤ ਧਿਆਨ ਰੱਖਣਾ, ਉਹਦੇ ਬੱਚਿਆਂ ਨੂੰ ਧਿਆਨ ਨਾਲ ਰੱਖਣਾ ਵਾ। ਅਤੇ ਫਿਰ ਜਿਹੜੇ ਇੱਥੇ ਗਾਰਡ ਚੌਂਕੀਦਾਰ ਸੀ ਉਹਨਾਂ ਨੇ ਸੂਟੀਆਂ ਲੈ ਕੇ ਉਹਨਾਂ ਨੂੰ ਭਜਾਇਆ ਕਰੇ ਆ। ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿੰਦਾ, ਬਾਂਦਰ ਚੱਪਲ ਜਾਂ ਬੂਟ ਤੋਂ ਬਹੁਤ ਚਾਲੂ ਹੁੰਦਾ ਵਾ,
ਜੇ ਕਿਤੇ ਇਹੋ ਜਿਹੀ ਗੱਲ ਹੋਵੇ ਤਾਂ ਇੱਕਦਮ ਤੁਸੀਂ ਆਪਦੀ ਚੱਪਲ ਜਾਂ ਬੂਟ ਲਾ ਕੇ ਉਹਦੇ ਹੱਲ ਕਰਨਾ ਤਾਂ ਉਹ ਤੁਹਾਡੇ ਨੇੜੇ ਨਹੀਂ ਆਊਗਾ ਬਿਲਕੁਲ ਵੀ। ਇਹ ਪਰਖੀ ਹੋਈ ਗੱਲ ਆ, ਤਜਰਬੇ ਵਾਲੀ ਗੱਲ ਆ ਮੇਰੀ। ਚਲੋ ਆ ਜਾਓ, ਹੁਣ ਤੁਹਾਨੂੰ ਮੈਂ ਥੱਲੜੇ ਮੰਦਿਰ ਦਿਖਾਉਣਾ ਵਾ ਜਿਹੜਾ ਵਿਸ਼ਨੂੰ ਭਗਵਾਨ ਜੀ ਦਾ ਮੰਦਿਰ ਸੀਗਾ। ਆਓ ਮੈਂ ਨਾ ਇੱਕ ਚੀਜ਼ ਮਿਸ ਕਰਦਾ ਪਿਆ ਸੀਗਾ, ਮੈਂ ਨਾ ਇੱਥੇ ਜਦੋਂ ਇੱਕ ਬਰਫਾਂ ਵਾਲੀ ਪਹਾੜੀ ਦਿਖਦੀ ਹੁੰਦੀ ਆ, ਮਗਰ ਅੱਜ ਸਵੇਰ ਦੀ ਬਹੁਤ ਜ਼ਿਆਦਾ ਬੱਦਲ ਪਈ ਸੀ, ਦਿਖਦਿਆਂ ਨਹੀਂ ਪਿਆ ਸੀਗਾ। ਹੁਣ ਇੱਕਦਮ ਹੀ ਬੱਦਲ ਸਾਈਡ 'ਤੇ ਹੋਏ ਅਤੇ ਸੂਰਜ ਦੀ ਜਿਹੜੀ ਹੈਗੀ ਆ ਕਿਰਨ ਉਸ ਪਹਾੜਾਂ ਦੇ ਉੱਤੇ ਪਈ ਆ। ਕਿਆ ਹੀ ਸੋਹਣਾ ਵਿਊ ਦਿਖਦਾ ਪਿਆ ਵਾ, ਮੈਂ ਕੈਮਰੇ 'ਚ ਦਿਖਾਉਣ ਦੀ ਕੋਸ਼ਿਸ਼ ਕਰਦਾ ਵਾਂ, ਬਟ ਇੱਥੋਂ ਦਾ ਕਿਆ ਹੀ ਮੈਂ ਕਹਿੰਦਾ ਨਜ਼ਾਰਾ ਵਾ, ਬਟ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰੀ ਧਿਆਨ ਨਾਲ ਦੇਖਿਓ। ਆਪਣੀ ਸਾਈਡ ਮੈਂ ਜ਼ੂਮ ਕਰਦਾ, ਬਹੁਤ ਜ਼ਿਆਦਾ ਉਚਾਈ ਆ, ਬਹੁਤ ਜ਼ਿਆਦਾ ਉਚਾਈ ਆ ਪਹਾੜਾਂ ਦੀ। ਬਸ ਇੱਕ ਲਾਸਟ ਸਾਈਡ ਆਪਾਂ ਦੇਖਣੀ ਹੈ ਜਿਹੜੀ ਉਹ ਮੰਦਰ ਸੀ। ਇੱਕ ਤਾਂ ਮੌਂਕੀ ਨਿਕਲਿਆ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ, ਅਤੇ ਇੱਕਦਮ ਹੀ ਨਿਕਲਿਆ ਇਹ ਸਾਰੇ ਦੇ ਸਾਰੇ। ਅਤੇ ਇਹਦੀ ਗੱਲ ਕਰਦਾ ਪਿਆ ਸੀ ਮੈਂ, ਆਪਾਂ ਬੈਕ ਸਾਈਡ ਦੀ ਜਾ ਕੇ ਦੇਖਦੇ ਹਾਂ। ਅੱਛਾ ਜੀ, ਇੱਧਰਲੀ ਇਹ ਨਾ ਮੈਂ ਹੁਣ ਸਮਝਿਆ ਵਾਂ, ਦੇਖੋ ਆਉਣ ਲੱਗੇ ਨੇ, ਮੈਂ ਗੌਰ ਨਹੀਂ ਕੀਤੀ ਗੀ। ਆਹ ਪਿੱਲਰ ਬਣੇ ਹੋਏ ਆ, ਪਿੱਲਰਾਂ ਦੇ ਨਿਸ਼ਾਨ ਆ ਜਿਹੜੇ ਚਾਰ ਹੈਗੇ ਆ, ਕਿਉਂਕਿ ਮੈਂ ਇਸ ਸਾਈਡ ਦੀ ਆਇਆ ਸੀ ਮੰਦਰ ਦਿਖਾ ਕੇ ਅਤੇ ਉੱਪਰ ਚਲਾ ਗਿਆ ਸੀਗਾ। ਮਗਰ ਜੇ ਹੁਣ ਆਪਾਂ ਦੇਖੀਏ ਧਿਆਨ ਨਾਲ, ਇਹ ਪਿੱਲਰਾਂ ਦੇ ਨਿਸ਼ਾਨ ਆ, ਅਤੇ ਇੱਥੇ ਵੀ ਬਿਲਕੁਲ ਮੰਦਰ ਹੋਊਗਾ ਕਿਸੇ ਟਾਈਮ 'ਤੇ, ਜਿਹੜਾ ਹੁਣ ਇਸ ਟਾਈਮ ਨਹੀਂ ਰਿਹਾ। ਜੇ ਉੱਪਰ ਵੀ ਤੁਸੀਂ ਦੇਖਦੇ ਪਏ ਆ ਆਹ ਵਾਲੀ ਚੀਜ਼, ਆਹ ਵੀ ਪਿੱਲਰਾਂ ਦੀ ਨਿਸ਼ਾਨ ਹੀ ਆ, ਠੀਕ ਆ। ਇਹ ਤਾਂ ਬਹੁਤ ਹੀ ਫਿਰ ਇਸ ਹਿਸਾਬ ਨਾਲ, ਜੇ ਮਗਰਲੀ ਦੀਵਾਰ ਇਹਦੀ ਇੰਨੀ ਸੋਹਣੀ ਆ, ਕਿੰਨੀ ਕਾਰਾਗਰੀ ਕੀਤੀ ਹੋਈ ਆ, ਅਤੇ ਕਿਸੇ ਟਾਈਮ 'ਤੇ। ਅੱਛਾ, ਅਤੇ ਨਾਲ ਦਾ ਵੀ ਮੰਦਰ ਹੀ ਆ। ਓ ਭਾਈ ਸਾਹਿਬ, ਆਹ ਵੀ ਮੰਦਰ ਹੀ ਸੀ ਕਿਸੇ ਟਾਈਮ 'ਤੇ। ਬਸ ਆ ਮਗਰਲੇ ਪਾਸੇ ਦੀ ਤੁਹਾਨੂੰ ਦਿਖਾਉਣਾ ਮੈਂ, ਅਤੇ ਆਹ ਦੇਖੋ ਇੱਥੇ ਵੀ ਚੱਕਰ ਜਿਹੇ ਬਣੇ ਪਏ ਆ। ਆਹ ਦੇਖੋ ਆਪਾਂ ਆ ਗਏ, ਇੱਕ ਤਾਂ ਮੌਂਕੀ ਨਾ ਇੰਨੇ ਕੁ ਆ ਗਏ ਨਾ, ਸ਼ਾਮ ਦਾ ਟਾਈਮ ਆ ਹੁਣ, ਪੂਰੇ ਦੇ ਪੂਰੇ ਆਹ ਵਾਲੀ ਚੀਜ਼ ਸੀਗੀ, ਇਹ ਮੰਦਰ ਸੀ ਕਿਸੇ ਟਾਈਮ 'ਤੇ। ਅਗਲਾ ਪਾਸਾ ਇਹਨਾਂ ਦਾ ਢਹਿ ਚੁੱਕਿਆ ਵਾ, ਮਗਰ ਬੈਕ ਸਾਈਡ ਜਿਹੜੀ ਹੈਗੀ ਇਹਨਾਂ ਦੀ ਹਜੇ ਉਵੇਂ ਦੀ ਉਵੇਂ ਹੀ ਆ। ਤੁਸੀਂ ਯਾਰ ਦੇਖੋ ਯਾਰ, ਕਿਆ ਕਲਾ ਕਿਰਤੀ ਕੀਤੀ ਹੋਈ ਆ। ਓ ਭਾਈ ਸਾਹਿਬ, ਪਿਛਲੀਆਂ ਕੰਧਾਂ ਰਹਿ ਗਈਆਂ ਬਸ ਮੰਦਰ ਦੀਆਂ, ਕਿੰਨਾ ਭਵੇ ਮੰਦਰ ਹੋਊਗਾ ਯਾਰ ਇਹ ਕਿਸੇ ਟਾਈਮ 'ਤੇ। ਅਮੇਜ਼ਿੰਗ ਯਾਰ, ਓ ਭਾਈ ਸਾਹਿਬ, ਜੇ ਧਿਆਨ ਨਾਲ ਦੇਖੋਗੇ ਨਾ ਤੁਸੀਂ ਕਲਾ ਕਿਰਤੀਆਂ ਜਿਹੜੀਆਂ ਹੈਗੀਆਂ ਵਾ, ਬਹੁਤ ਸੋਹਣੀਆਂ ਵਾ। ਜੇ ਆਹ ਤੁਸੀਂ ਉੱਪਰ ਦੇਖੋ, ਦੇਵੀ ਦੇਵਤਿਆਂ ਦੀਆਂ ਜਿਹੜੀਆਂ ਮੂਰਤੀਆਂ ਬਣਾਈਆਂ ਹੋਈਆਂ ਜਿਹੜੀਆਂ, ਇਹ ਕਾਲੀ ਆਹਾਰੀ, ਆਹ ਦੇਖੋ ਇੱਧਰਲੀ ਸਾਈਡ ਵੀ ਆ।
ਇਹ ਆ ਦੇਖੋ ਇਹਦੇ 'ਚ ਹੋਰ ਕੀ ਕੀ ਬਰੀਕੀਆਂ ਇਹਨਾਂ ਨੇ ਪਾਈਆਂ ਹੋਣੀਆਂ, ਸੋਚ ਤੋਂ ਪਰੇ ਆ ਇਹ। ਇੱਕ ਲਾਸਟ ਨਿਸ਼ਾਨੀ ਰਹਿ ਗਈ ਬਸ ਕੰਧ ਦੀ, ਮਗਰ ਲਈ ਕੱਲ੍ਹ ਨੂੰ ਇਹ ਡਿੱਗ ਗਈ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਗਾ ਕਿ ਇਹ ਆਹ ਚੀਜ਼ ਬਣੀ ਹੋਈ ਸੀਗੀ। ਯਾਰ ਇਹ ਦੇਖੋ ਜਦੋਂ ਜਿਹੜੇ ਜੇ 4 ਸਤੰਭ ਇਹ ਯਾਰ ਆਪਦੇ ਟਾਈਮ 'ਤੇ ਕਿੰਨਾ ਖੂਬਸੂਰਤ ਮੰਦਰ ਹੋਊਗਾ, ਮੈਂ ਇਸ ਚੀਜ਼ 'ਤੇ ਹੈਰਾਨ ਹਾਂ। ਅਤੇ ਆਹ ਦੇਖੋ ਦੇਵੀ ਦੇਵਤੇ 3 ਮੂੰਹ ਬਣਾਏ ਗਏ ਆ ਇੱਕ ਸੈਂਟਰ 'ਚ ਲੈਫਟ ਰਾਈਟ 'ਤੇ। ਬਾਕੀ ਸਿਰਾ ਯਾਰ ਚ ਗੱਲਬਾਤ। ਦੋਸਤੋ ਕਾਫੀ ਸਰਚਿੰਗ ਕਰਨ ਤੋਂ ਬਾਅਦ ਇਹ ਮੰਦਰ ਜਦੋਂ ਪਹਿਲਾਂ ਤਿਆਰ ਸੀਗੇ ਉਹ ਫੋਟੋਆਂ ਮੈਨੂੰ ਮਿਲ ਗਈਆਂ ਵਾ, ਕਿਸੇ ਤਰੀਕੇ ਨਾਲ ਮੈਂ ਲੱਭੀਆਂ ਅਤੇ ਉਹ ਤੁਹਾਨੂੰ ਮੈਂ ਹੁਣ ਸਕਰੀਨ 'ਤੇ ਦਿਖਾਉਣਾ ਕਿ ਇਹ ਮੰਦਰ ਜਦੋਂ ਬਣੇ ਹੋਏ ਸੀਗੇ, ਇਹ ਵਿਸ਼ਨੂੰ ਭਗਵਾਨ ਜੀ ਦਾ ਮੰਦਰ ਸੀ, ਕਿੰਨਾ ਕੁ ਖੂਬਸੂਰਤ ਸੀ ਇਹ। ਦੋਸਤੋ ਜਿਵੇਂ ਕਿ ਮੈਂ ਦੱਸਿਆ ਵਿਸ਼ਨੂੰ ਭਗਵਾਨ ਜੀ ਦਾ ਮੰਦਰ ਸੀ, ਇਹਦਾ ਨਾਮ ਸੀ ਲਕਸ਼ਮੀ ਨਾਰਾਇਣ ਮੰਦਰ ਅਤੇ ਇਹਦੇ ਨਾਲ ਇੱਕ ਮੰਦਰ ਹੋਰ ਸੀਗਾ, ਦੋ ਮੰਦਰ ਸੀਗੇ ਬਹੁਤ ਹੀ ਖੂਬਸੂਰਤ। ਆਹ ਫੋਟੋ ਆ ਇਹਨਾਂ ਮੰਦਰਾਂ ਦੀ, ਢਹਿਣ ਤੋਂ ਪਹਿਲਾਂ ਦੀ ਫੋਟੋ ਆ, ਬਹੁਤ ਪੁਰਾਣੀ 1905 ਦੀ। ਅਤੇ ਲਕਸ਼ਮੀ ਨਾਰਾਇਣ ਮੰਦਰ ਤੁਸੀਂ ਦੇਖ ਸਕਦੇ ਆਹ ਭੂਚਾਲ ਤੋਂ ਬਾਅਦ ਜਦੋਂ ਢਹਿ ਗਏ ਸੀਗੇ ਮੰਦਰ, ਦੋ ਮੰਦਰ ਸੀ ਇਹ ਵਾਲਾ। ਦੂਸਰਾ ਮੰਦਰ ਮੇਰਾ ਖਿਆਲ ਇੰਦਰੇਸ਼ਵਰ ਮੰਦਰ ਸੀਗਾ ਇਹ, ਅਤੇ ਆਹ ਬੈਕ ਸਾਈਡ ਜਿਹੜੀ ਆਪਾਂ ਉਹਨੇ ਵੀਡੀਓ ਦੇਖੀ ਆ ਬਣਾ ਕੇ। ਅਤੇ ਆਹ ਇਹਨਾਂ ਦੀ ਈਸਟ ਦੇਵੀ ਆ ਅੰਬਿਕਾ ਦੇਵੀ, ਉਹਨਾਂ ਦੀਆਂ ਮੂਰਤੀਆਂ ਇਹ, ਅਤੇ ਅੱਜ ਵੀ ਇਹ ਮਾਨਤਾ ਕਰਦੇ ਆ। ਅਤੇ ਆਹ ਬਦਰੇਸ਼ਵਰ ਦਾ ਖੰਡਿਤ ਭਾਗ ਸੀਗਾ, ਬਦਰੇਸ਼ਵਰ ਦਾ ਖੰਡਿਤ ਭਾਗ ਆਹ ਲਿਖਿਆ ਹੋਇਆ। ਮੈਨੂੰ ਨਹੀਂ ਪਤਾ ਬਦਰੇਸ਼ਵਰ ਕੌਣ ਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਆਹ ਉਸ ਤੋਂ ਬਾਅਦ ਦੀਆਂ ਵਾ ਜਿਹੜੀਆਂ ਹੈਗੀਆਂ ਫੋਟੋ ਤੁਸੀਂ ਦੇਖ ਹੀ ਰਹੇ ਹਾਂ, ਜਿਹਦੀ ਬੈਕ ਸਾਈਡ ਆਪਾਂ ਦੇਖ ਕੇ ਆਏ ਹਾਂ। Thank you.
ਇੱਥੋਂ ਕਿਲੇ ਦੀ ਦਿਖਦੀ ਆ ਪੂਰੀ ਫੋਟੋ ਜੀ। ਉਹ ਥੱਲਿਓਂ ਗਏ ਸੀ ਆਪਾਂ, ਮੇਨ ਗੇਟ ਹਜੇ ਵੀ ਜਾਈ ਜਾਂਦੇ ਆ, ਫਿਰ ਉੱਪਰ, ਫਿਰ ਇੱਧਰ, ਫਿਰ ਉੱਧਰ, ਉੱਥੇ ਜਾ ਕੇ ਆਪਾਂ ਜਰੇ ਸਿਰੇ 'ਤੇ ਪਹੁੰਚ ਗਏ ਸੀ ਇੱਥੇ। ਕਿਆ ਬਾਤ ਹੈ, ਫੋਟੋ ਖਿੱਚਦੇ ਹਾਂ ਕਿਹਦੀ। ਹਾਂਜੀ ਸ੍ਰਿਸ਼ਟੀ ਕਿੱਦਾਂ ਜੀ, ਇਹ ਵੀ ਯੂਟਿਊਬਰ ਹੈ। ਹਾਂਜੀ ਜਿਹੜੀਆਂ ਚੀਜ਼ਾਂ ਡੈਮੇਜ ਹੋ ਚੁੱਕੀਆਂ ਵਾ, ਜਿਵੇਂ ਮੰਨ ਲਓ ਪਿੱਲਰ ਵਗੈਰਾ ਸੀਗੇ ਜਾਂ ਮੰਦਰ ਬਣੇ ਹੋਏ ਸੀ ਅੰਦਰ, ਉਹਨਾਂ ਦੇ ਹਿੱਸੇ ਆ ਸਤੰਭਾਂ ਦੇ, ਇਹ ਇੱਕ ਬਸ ਡਿਜ਼ਾਈਨ ਵਾਂਗੂ ਡਿਜ਼ਾਈਨ ਬਣਾ ਕੇ ਅਤੇ ਨਿਸ਼ਾਨੀ ਦੇ ਤੌਰ 'ਤੇ ਇਹ ਰੱਖ ਦਿੱਤੇ ਗਏ ਆ। ਜੇ ਤੁਸੀਂ ਆਹ ਦੇਖੋਗੇ ਉੱਪਰ ਕਲਾ ਕਿਰਤੀਆਂ ਹਜੇ ਵੀ ਬਣਾਈਆਂ ਦਿਖਦੀਆਂ ਪਈਆਂ ਵਾ। ਦੇਖੋ ਪਤਾ ਨਹੀਂ ਇਹ ਕਿੰਨੀਆਂ ਪੁਰਾਣੀਆਂ ਹੋਣਗੀਆਂ, ਕਿੰਨੇ ਬਣਵਾਈਆਂ ਹੋਣਗੀਆਂ ਅਤੇ ਕਿੰਨੇ ਬਣਾਈਆਂ ਹੋਣਗੀਆਂ। ਕਿਆ ਹੀ ਬਾਤ ਹੈ। ਅਤੇ ਇੱਧਰੋਂ ਕਿਲੇ ਦਾ ਤੁਸੀਂ ਪੂਰਾ ਝਾਕਾ ਇੱਕ ਲੈ ਸਕਦੇ ਆ। ਬਹੁਤ ਵੱਡਾ ਵਾ, ਆਪਾਂ ਬਹੁਤ ਦੂਰੋਂ ਆਏ ਹਾਂ ਦੇਖ ਕੇ, ਅਤੇ ਬਾਕੀ ਆ ਸਾਰੇ ਕਿਲੇ ਦੇ ਹਿੱਸੇ ਹੀ ਆ। ਅੱਛਾ ਵੀਡੀਓਗ੍ਰਾਫੀ, ਬਾਕੀ ਆਪਕੀ ਮੂਛੋਂ ਕਾ ਸਟਾਈਲ ਬਹੁਤ ਘੈਂਟ ਹੈ। ਤੋ ਨਹੀਂ ਆਪ ਮੁਝੇ ਯੇ ਤੋ ਬਤਾਈਏ ਕਿ ਕਿਤਨਾ ਪੁਰਾਣਾ ਹੈ ਯੇ ਕਿਲਾ। ਜੇ ਹੈ ਸਰ ਮਾਂ ਬਾਤ ਕੇ ਟਾਈਮ ਕਾ ਹੈ। ਅਜੀ ਵਾਹ, ਬਾਕੀ ਮਿਊਜ਼ੀਅਮ ਦੇਖੋ। ਚਲਿਏ ਆਇਆ ਹੋਇਆ ਹੈ। ਓਕੇ ਲਗਾ ਹੋਇਆ ਹੈ, ਬਾਹਰ ਵੀ ਲਗੇ। ਠੀਕ ਹੈ ਚਲਿਏ ਮੈਂ ਆਤਾ ਹੂੰ, ਆਪ ਬਤਾ ਦਿਆ ਨਹੀਂ ਤੋ ਮੈਂ ਅਸੀਂ ਚਲੇ ਜਾਤਾ। ਥੈਂਕ ਯੂ। ਜਦੋਂ ਆਪਾਂ ਕਿਤੇ ਵੀ ਆਉਣੇ ਜਾਂਦੇ ਹਾਂ ਉੱਪਰੀ ਜਗ੍ਹਾ ਵਾ ਆਪਾਂ ਜਾਣਦੇ ਨੀਗੇ। ਹੁਣ ਜਿਵੇਂ ਮੈਂ ਸਾਰਾ ਕਿਲਾ ਘੁੰਮ ਲਿਆ ਸੀਗਾ, ਮੈਂ ਨਾ ਕਾਰ ਦੇ ਵਿੱਚ ਵੀ ਬਹਿ ਗਿਆ, ਚਾਹ ਪੀ ਲਈ ਸੀਗੀ ਇੱਥੋਂ, ਅਤੇ ਮੇਰੇ ਕਿਤੇ ਨਾ ਕਿਤੇ ਇੱਕ ਦੋ ਕੁਐਸਚਨ ਸੀਗੇ, ਅਤੇ ਫਿਰ ਮੈਂ ਉਹ ਜਿਹੜੇ ਹੈਗੇ ਆ ਪੁੱਛਣ ਜਦੋਂ ਆਇਆ, ਅਤੇ ਫਿਰ ਉਹਨਾਂ ਨੇ ਦੱਸਿਆ ਅਤੇ ਮਿਊਜ਼ੀਅਮ ਵੀ ਇੱਕ ਬਣਿਆ ਹੋਇਆ ਵਾ, ਅਤੇ ਉਹ ਤੁਸੀਂ ਦੇਖੋ। ਅਤੇ ਹੁਣ ਮੈਂ ਦੇਖਦਾ, ਮਗਰ ਅੰਦਰ ਕਹਿੰਦੇ ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ, ਬਟ ਫਿਰ ਵੀ ਦੇਖਦੇ ਹਾਂ ਆਪਾਂ। ਤੁਸੀਂ ਨਾ ਪਾਊਜ਼ ਕਰਕੇ ਪੜ੍ਹ ਲਿਓ, ਮੈਂ ਵੈਸੇ ਇੱਕ ਵਾਰੀ ਤੁਹਾਨੂੰ ਇੱਦਾਂ ਵੀ ਦਿਖਾ ਦਿੰਦਾ ਅਤੇ ਇੱਦਾਂ ਵੀ, ਕਿਉਂਕਿ ਨਾ ਹੁਣ ਪੂਰੀ ਸਕਰੀਨ 'ਤੇ ਆ ਨਹੀਂ ਰਹੀ, ਪਰ ਜੇ ਤੁਹਾਨੂੰ ਟੀ ਵੀ 'ਤੇ ਸਕਰੀਨ 'ਤੇ ਮੇਰੇ ਹਿਸਾਬ ਨਾਲ ਦਿਖ ਜੂਗੀ ਸਾਰੀ। ਆਹਲਾ ਮਿਊਜ਼ੀਅਮ ਆ, ਇਹਦੇ ਵਿੱਚ ਜਿਹੜੀ ਹੈਗੀ ਵੀਡੀਓਗ੍ਰਾਫਿਕ ਜਿਹੜੀ ਅਲਾਊਡ ਨਹੀਂ ਹੈਗੀ। ਹੁਣ ਆਹ ਗਾਰਡ ਖੜ੍ਹੇ ਆ, ਇਹਨਾਂ ਨੇ ਕਹਿ ਦੇਣਾ ਵਾ ਕਿ ਮੋਬਾਈਲ ਬੰਦ ਕਰ ਦਿਉ, ਅੰਦਰ ਵੀਡੀਓ ਅਲਾਊਡ ਨਹੀਂ ਹੈਗੀ, ਅਤੇ ਇਹ ਤੋਂ ਆਪਾਂ ਕਰ ਦਿੰਦੇ ਹਾਂ। ਚਲੋ ਠੀਕ ਆ ਯਾਰ, ਮਿਊਜ਼ੀਅਮ ਦੇ ਅੰਦਰ ਇੰਨੀਆਂ ਸੋਹਣੀਆਂ ਸੋਹਣੀਆਂ, ਇੱਕ ਮਿੰਟ ਕੈਮਰਾ ਸਾਫ਼ ਕਰ ਲਾ, ਇੰਨੀਆਂ ਸੋਹਣੀਆਂ ਸੋਹਣੀਆਂ ਪ੍ਰਾਚੀਨ ਕੋਈ 12ਵੀਂ ਸਦੀ ਦੀ ਕੋਈ 13ਵੀਂ ਸਦੀ ਦੀ ਮੂਰਤੀਆਂ ਸੰਭਾਲ ਕੇ ਰੱਖੀਆਂ ਹੋਈਆਂ ਜਿਹੜੀਆਂ ਕਿ ਕਮਾਲ ਦੀਆਂ। ਟਾਈਮ ਥੋੜ੍ਹਾ ਸੀਗਾ, ਸ਼ਾਮ ਹੋ ਗਈ ਆ, ਅਤੇ ਮੈਂ ਇੱਕ ਮਿਊਜ਼ੀਅਮ ਹੋਰ ਦੇਖਣਾ ਵਾ। ਬਾਕੀ ਤੁਹਾਨੂੰ ਇਹ ਕਿਲੇ ਦੀ ਵੀਡੀਓ ਮੈਂ ਲਾਈਫ 'ਚ ਫਸਟ ਟਾਈਮ ਬਣਾਈ ਆ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ। ਬਾਕੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਲਦੀ, ਚੈਨਲ 'ਤੇ ਬਣੇ ਰਹੋ। ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ, ਸ਼ੇਅਰ ਵੀ ਜ਼ਰੂਰ ਕਰੋ, ਅਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ। ਅਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਜਲਦੀ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਬਾਏ ਬਾਏ।